लुधियाना से लोक इंसाफ पार्टी ने अपने 56 दावेदारों की लिस्ट जारी कर दी है, जिसमें कि एक मुस्लिम महिला और एक शहीद की पत्नी को टिकट दी गई है। लिस्ट जारी करते हुए सिमरजीत सिंह बैंस ने इसके साथ ही अपना चुनावी मैनिफेस्टो भी जारी किया। बैंस ने कहा कि अब उनकी पार्टी लुधियाना नगर निगम को 700 करोड़ रुपए के घपले से बचाएगी। वहीं जगदीश टाइटलर के मामले में बैंस ने कहा कि कैप्टन अमरिंदर सिंह को तुरंत अपने पद से इस्तीफा दे देना चाहिए, क्योंकि जगदीश टाइटलर खुद वीडियो में मान चुके हैं कि उन्होंने 100 लोगों का कत्ल किया है। लोक इंसाफ पार्टी वालों चोन मैनीफेस्टो रिलीज किया कि असी नगर निगम की जिम्मेवारी लोग सानू गठजोड़ नूं दिंदे आ ते असी की कुछ करांगे। इहदे विच कल्ली कल्ली ठगी ठोरी बेईमानी की कित्थों कित्थों रेवन्यू की लीकेज हुंदी आ ते असी उहदा प्रबंध बंदोबस्त की कीता। उस ठगी नूं रोकण लई 700 करोड़ रुपया सालाना का माफिया लीकेज उहनूं रोकण लई असी प्रबंध विच लिखिया। यह नहीं लिखिया भी ठगी वजदी आ ते असी रोकणा किवें। असी नाल विच फॉर्मूला दिता भी असी आह तरीके नाल इह ठगी रोकांगे। नगर निगम अपने बलबूते दे उत्ते बिना स्टेट गवर्नमेंट दे फंडां तों शहर नूं डिवेलप करिया जे लोग सानू सेवा दा मौका दिंदे। मैनूं इस गल दी वड्डी माण आ, मैनूं विश्वास आ लुधियाने दा वोटर निडर है। इह लोग जिहड़े धमकियां दिंदे फिरदे आ सरकारी धिर वाले आ, हजे तां टिकटां ही मिलियां ने। मैं सीपी कमिश्नर पुलिस नूं कह के हटिया, का वीडियो भेजिया जिह 'च गोलियां चल रहियां ने ਤੇ ਗੁੰਡਾਗਰਦੀ ਦੇ ਨਾਲ ਵੋਟਾਂ ਜਿੱਤਣ ਦੇ ਚੱਕਰ ਦੇ ਵਿੱਚ ਆ। ਮੈਂ ਦੱਸਣ ਲੱਗਿਆ ਕਿ ਜਿਹੜੇ ਬੰਦਿਆਂ ਨੇ ਜ਼ੁਲਮ ਕੀਤਾ ਹੋਵੇ ਉਹ ਜ਼ੁਲਮ ਸਹਿੰਦੇ ਆ, ਤੇ ਅਸੀਂ ਤਾਂ ਸਾਹਿਬ ਕਮਾਲ ਦੇ ਪੰਜਾਬੀ ਪੁੱਤ ਆ। ਸਾਹਿਬ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਚੂੰਕਰ ਅੱਜ ਹਮਾਹੀਲ ਤੇ ਦਰਗੁਜ਼ਸ਼ਤ ਹਲਾਲ ਅਸਤ ਵਰਦਨ ਵਾ ਸ਼ਮਸ਼ੀਰ ਦਸਤ। ਨਾ ਅਸੀਂ ਜ਼ੁਲਮ ਕਰਨਾ ਤੇ ਨਾ ਜ਼ੁਲਮ ਸਹਿਣਾ। ਜਿਹੜੇ ਕਾਂਗਰਸ ਵਾਲੇ ਮਨ ਦੇ ਵਿੱਚ ਭੁਲੇਖਾ ਪਾਲੀ ਫਿਰਦੇ ਆ ਨਾ, ਤੇ ਦੋਸਤੋ ਅਸੀਂ ਆਟੇ ਦੇ ਦੀਵੇ ਨੇ ਵੀ ਚੂਹੇ ਚੱਕੀ ਫਿਰਨ ਸਾਨੂੰ। ਸੋ ਅਸੀਂ ਸਾਰਾ ਕੁਛ ਤੁਹਾਡੇ ਜ਼ਰੀਏ ਪ੍ਰਸ਼ਾਸਨ ਨੂੰ ਤੇ ਤੁਹਾਨੂੰ ਵੀ ਬੇਨਤੀ ਕਰਦੇ ਆ ਵੀ ਇਸ ਇਲੈਕਸ਼ਨ ਪ੍ਰੋਸੈਸ ਨੂੰ ਫੇਅਰ ਕਰਾਉਣ ਵਾਸਤੇ ਮੀਡੀਆ ਦੀ ਵੀ ਇੱਕ ਬਹੁਤ ਵੱਡੀ ਡੈਮੋਕ੍ਰੇਸੀ ਦਾ ਚੌਥਾ ਪਾਵਾ ਜ਼ਿੰਮੇਵਾਰੀ ਬਣਦੀ ਆ। ਸੋ ਜਿੱਥੇ ਅੱਜ ਅਸੀਂ ਇਹ ਲਿਸਟ ਜਾਰੀ ਕੀਤੀ ਆ, ਉੱਥੇ ਅਸੀਂ ਚੋਣ ਮੈਨੀਫੈਸਟੋ ਲੋਕ ਇਨਸਾਫ ਪਾਰਟੀ ਦਾ ਜਾਰੀ ਕੀਤਾ। ਕੋਈ ਵੀ ਨਗਰ ਨਿਗਮ ਦਾ ਅਫਸਰ, ਲੋਕ ਸਾਨੂੰ ਜ਼ਿੰਮੇਵਾਰੀ ਦਿੰਦੇ ਆ ਨਾ, ਕੋਈ ਨਗਰ ਨਿਗਮ ਦਾ ਅਫਸਰ ਕਿਸੇ ਸ਼ਹਿਰੀ ਨੂੰ ਤੰਗ ਨਹੀਂ ਕਰੂਗਾ, ਮੋਰੀ ਵਾਲਾ ਪੈਸਾ ਨਹੀਂ ਮੰਗੂ, ਇਹ ਗਰੰਟੀ ਨਹੀਂ। ਗਰੰਟਾ ਲੈਣ ਲੱਗੇ ਹਾਂ, ਪਰਖਿਆਂ ਨੂੰ ਪਰਖਣ ਦੀ ਜ਼ਰੂਰਤ ਨਹੀਂ ਹੁੰਦੀ, ਕਿਉਂਕਿ ਰਾਜਨੀਤੀ ਸਾਡਾ ਕੋਈ ਧੰਦਾ ਨਹੀਂ ਦੋਸਤੋ, ਦੇਸ਼ ਭਗਤੀ ਹੈ। ਰਿਸ਼ਵਤਖੋਰਾਂ ਦੇ ਵਿਰੁੱਧ ਇੱਕ ਸੰਘਰਸ਼ ਦਾ ਨਾਮ ਰਾਜਨੀਤੀ ਹੈ। ਮੈਨੂੰ ਲੁਧਿਆਣੇ ਦੇ ਵੋਟਰਾਂ 'ਤੇ ਬਹੁਤ ਵੱਡਾ ਵਿਸ਼ਵਾਸ ਅਤੇ ਮਾਣ ਹੈ। ਲੋਕ ਇਨਸਾਫ ਪਾਰਟੀ ਨੂੰ ਨਗਰ ਨਿਗਮ ਦੀ ਜ਼ਿੰਮੇਵਾਰੀ ਇਸ ਵਾਰ ਜ਼ਰੂਰ ਦੇਣ। ਜਗਦੀਸ਼ ਟਾਈਟਲਰ ਦਾ ਵੀਡੀਓ ਜਿਹੜਾ ਵਾਇਰਲ ਹੋਇਆ, ਆਪਣੇ ਆਪ ਦੇ ਵਿੱਚ ਇੱਕ ਇਹ ਕਹੂੰਗਾ ਵੀ ਸਬੂਤ ਆਪਣੇ ਗੁਨਾਹ ਕਬੂਲ ਕਰਨ ਵਾਸਤੇ ਕਾਫੀ ਹੈ। ਸਭ ਤੋਂ ਪਹਿਲਾਂ ਤਾਂ ਜਗਦੀਸ਼ ਟਾਈਟਲਰ ਦੇ ਵਿਰੁੱਧ ਤੁਰੰਤ ਤਾਜ਼ੀ FIR ਦਰਜ ਕਰਕੇ ਉਹਨੂੰ ਅੰਦਰ ਕਰਨਾ ਚਾਹੀਦਾ, ਅਤੇ ਦੂਸਰਾ ਨੰਬਰ ਕੈਪਟਨ ਅਮਰਿੰਦਰ ਸਿੰਘ ਨੂੰ ਰਿਜ਼ਾਈਨ ਕਰਨਾ ਚਾਹੀਦਾ। ਇਹ ਕੈਪਟਨ ਅਮਰਿੰਦਰ ਸਿੰਘ ਜੀ ਉਹੀ ਹੈ ਨਾ ਜਿਹੜੇ 1983 ਦੇ ਵਿੱਚ ਜਦੋਂ ਬਲੂ ਸਟਾਰ ਆਪਰੇਸ਼ਨ ਹੋਇਆ ਸੀ ਅਤੇ ਕਾਂਗਰਸ ਛੱਡ ਕੇ ਅਕਾਲੀ ਦਲ 'ਚ ਸ਼ਾਮਿਲ ਹੋ ਗਏ ਸੀ, ਅਤੇ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਜ਼ਮੀਰ ਕਿੱਥੇ ਹੈ? ਅੱਜ ਜਗਦੀਸ਼ ਟਾਈਟਲਰ ਕਮਾਲ ਕਰ ਰਿਹਾ, ਵੀਡੀਓ ਆ ਗਿਆ ਉਹਦਾ, ਅਤੇ ਅੱਜ ਮੁੱਖ ਮੰਤਰੀ ਦੀ ਕੁਰਸੀ 'ਤੇ ਬੈਠਿਆ ਉਹਨਾਂ ਦੀ ਕਾਂਗਰਸ ਪਾਰਟੀ ਦਾ ਸੀਨੀਅਰ ਲੀਡਰ, ਇਹ ਕਹਿ ਰਿਹਾ ਵੀ ਮੈਂ ਸੈਂਕੜੇ ਸਿੱਖ ਮਾਰੇ ਆ, ਸੈਂਕੜੇ ਸਿੱਖਾਂ ਨੂੰ ਮੈਂ ਸਾੜਿਆ, ਕਤਲ ਕੀਤਾ, ਅਤੇ ਅੱਜ ਕੈਪਟਨ ਸਾਹਿਬ ਦੀ ਜ਼ਮੀਰ ਕਿੱਥੇ ਆ? ਕੈਪਟਨ ਅਮਰਿੰਦਰ ਸਿੰਘ ਨੂੰ ਸਭ ਤੋਂ ਪਹਿਲਾਂ ਰਿਜ਼ਾਈਨ ਕਰਨਾ ਚਾਹੀਦਾ। ਜਗਦੀਸ਼ ਟਾਈਟਲਰ ਕੋ ਹੋ ਰਹੀ ਸਿਆਸਤ ਪਰ ਸੁਖਪਾਲ ਸਿੰਘ ਖਹਿਰਾ ਨੇ ਵੀ ਕਾਂਗਰਸ ਪਰ ਜਮਕਰ ਨਿਸ਼ਾਨਾ ਸਾਧਾ। ਸਾਡੇ ਇੱਕ ਤਾਂ ਆਮ ਆਦਮੀ ਪਾਰਟੀ ਔਰ ਲੋਕ ਇਨਸਾਫ਼ ਪਾਰਟੀ ਦਾ ਜਿਹੜੇ ਗੱਠਜੋੜ ਦੀ ਮਿਊਂਸੀਪਲ ਕਾਰਪੋਰੇਸ਼ਨ ਦੀ ਤਿਆਰੀ ਨੂੰ ਲੈ ਕੇ, ਪੇਪਰ ਫਾਈਲਿੰਗ ਨੂੰ ਲੈ ਕੇ ਔਰ ਆਉਣ ਵਾਲੇ ਦਿਨਾਂ 'ਚ ਕੰਪੇਨ ਨੂੰ ਲੈ ਕੇ ਇੱਕ ਸਾਂਝੀ ਮੀਟਿੰਗ ਹੈ, ਔਰ ਕੁਛ MLAs ਜਾਂ ਜਿਹੜੇ ਪਾਰਟੀ ਦੇ ਕਾਰਕੁਨ ਨੇ ਉਹਨਾਂ ਦੀ ਕਿੱਥੇ ਕਿੱਥੇ ਡਿਊਟੀ ਲੱਗਣੀ ਹੈ। ਸੋ ਬੇਸਿਕਲੀ ਇਟਸ ਇਲੈਕਸ਼ਨ ਪਲੈਨਿੰਗ ਮੀਟਿੰਗ, ਔਰ ਸਾਨੂੰ ਪੂਰਨ ਆਸ ਹੈ ਕਿ ਲੁਧਿਆਣੇ ਦੇ ਲੋਕ ਜਿਹੜੇ ਨੇ ਉਹ ਕਰਪਸ਼ਨ ਫਰੀ ਲੁਧਿਆਣਾ ਚਾਹੁਣਗੇ, ਕਿਉਂਕਿ ਇਹਨਾਂ ਦੋਨਾਂ ਰਵਾਇਤੀ ਪਾਰਟੀਆਂ ਨੂੰ ਆਪਾਂ ਕਈ ਕਈ ਵਾਰੀ ਸਰਕਾਰਾਂ ਕਈ ਕਈ ਵਾਰੀ ਲੁਧਿਆਣੇ ਦੀ ਕਾਰਪੋਰੇਸ਼ਨ ਦੇ ਵਾਗਡੋਰ ਦੇ ਚੁੱਕੇ ਹਾਂ, ਲੇਕਿਨ ਲੁਧਿਆਣੇ ਦੇ ਲੋਕ ਦੱਸ ਸਕਦੇ ਨੇ, ਲੁਧਿਆਣੇ ਦੀ ਜ਼ਮੀਨੀ ਹਕੀਕਤ ਦੱਸ ਸਕਦੀ ਹੈ ਕਿ ਕਿੰਨਾ ਭ੍ਰਿਸ਼ਟਾਚਾਰ, ਔਰ ਭ੍ਰਿਸ਼ਟਾਚਾਰ ਕਰਕੇ ਜਿਹੜੇ ਲੋਕਾਂ ਦੇ ਬੇਸਿਕ ਇਸ਼ੂਜ਼ ਨੇ ਉਹ ਅੱਜ ਵੀ ਜਿਉਂ ਦੇ ਤਿਉਂ ਖੜੇ ਨੇ। ਇਸ ਲਈ ਇੱਕ ਪਲੈਨਿੰਗ ਮੀਟਿੰਗ ਹੈ ਸਰ। ਮੈਂ ਤੁਹਾਨੂੰ ਇਹੀ ਕਹਿ ਰਿਹਾ ਨਾ ਕਿ ਇਹ ਜਿਹੜੀਆਂ ਟ੍ਰੈਡੀਸ਼ਨਲ ਪਾਰਟੀਜ਼ ਨੇ ਇਹਨਾਂ ਨੂੰ ਗੁੰਡਾਗਰਦੀ ਦੀ ਆਦਤ ਪਈ ਹੋਈ ਆ, ਕਿਉਂਕਿ ਜਦੋਂ ਕਿਸੇ ਪਾਰਟੀ ਦੀ ਸਰਕਾਰ ਬਣ ਜਾਂਦੀ, ਜਿੱਦਾਂ ਅਕਾਲੀਆਂ ਦੀ ਸੀ ਅਤੇ ਅਕਾਲੀ ਬਦਮਾਸ਼ੀ ਕਰਦੇ ਸੀ, ਮੇਰੇ ਖਿਆਲ ਇੱਥੇ ਪਿਛਲੀ ਕਾਰਪੋਰੇਸ਼ਨ ਵਿੱਚ ਇੱਕ ਕਤਲ ਵੀ ਹੋਇਆ ਸੀ, ਇਫ ਆਈ ਐਮ ਨੋਟ ਰੋਂਗ। ਸੋ ਲਾਈਕਵਾਈਜ਼ ਹੁਣ ਕਾਂਗਰਸ ਹੀ ਬਣ ਗਈ ਆ, ਜੋ ਹੱਥਕੰਡੇ ਅਕਾਲੀ ਅਪਣਾਉਂਦੇ ਸੀਗੇ ਉਹੀ ਹੱਥਕੰਡੇ ਹੁਣ ਕਾਂਗਰਸ ਅਪਣਾਉਂਦੀ ਆ, ਔਰ ਪੁਲਿਸ ਇੱਕ, ਕਿਉਂਕਿ ਉਹ ਪੁਲਿਸ ਦਾ ਸਿਆਸੀਕਰਨ ਇੰਨਾ ਹੋ ਚੁੱਕਾ, ਪੁਲਿਸ ਹੈਲਪਲੈਸ ਬਣ ਜਾਂਦੀ, ਉਹਦੇ ਹੱਥ ਵੱਜ ਜਾਂਦੇ ਆ, ਦੇ ਕੈਨੋਟ ਪ੍ਰੀਵੈਂਟ ਗੁੰਡਾਇਜ਼ਮ ਬਾਏ ਦੀ ਰੂਲਿੰਗ ਪਾਰਟੀ। ਸੋ ਦਿਸ ਇਜ਼ ਇਹ ਪੰਜਾਬ ਦੇ
वैसे भी जमहूरी ढांचे वास्ते बड़ी चिंताजनक गल है। जिहड़ा एडा वड्डा एक कतलेआम होया 1984 दे विच उहदा उहदे हर गुनाहगार नूं सज़ा मिलनी चाहीदी, वेदर इट इज जगदीश टाइटलर, वेदर इट इज सज्जन कुमार और ईवन द प्राइम मिनिस्टर, द दैन प्राइम मिनिस्टर ऑफ द कंट्री, कोई कानून तो उत्ते थोड़ो है। और जिहड़ा कहिंदे कि उहदन है नहीं सी कांग्रेस वाले, तो ना होके भी तुसीं काम करा सकदे सारा। 120B जिहड़ी कॉन्सपिरेसी आ, साजिश आ, उह की हुंदी आ? भावें तुसीं इंटरनेशनल सॉयल ते बैठे हो, तुसीं इत्थे अपने बंदिआं नूं कहता ओके गो अहैड देता। इसलिए जो इल्जाम उठे ने उन्हां दी इनक्वायरी, उन्हां दी अच्छी तरह इन्वेस्टिगेशन इन डेप्थ होनी चाहिए, ताइयों लोगों नूं शांति मिलेगी। और जिहड़ा 33-34 साल की बेइंसाफी है, ये बहुत वड्डा धब्बा इस देश के जमहूरी ढांचे ते न्याय प्रणाली ते क्रिमिनल जस्टिस सिस्टम ते। जद तक उन्हां लोगों नूं इंसाफ नहीं मिलेगा उदों तक ये धब्बा जारी रहेगा इस देश का, ते धब्बा हटाउण वास्ते सब की जांच होनी जरूरी है। लुधियाना से जागृति लहर के लिए विपिन जवाहर के साथ सुरेंद्र अरोड़ा की रिपोर्ट।